गिलास पकड़े नहीं रहे थे। एक मिनट आता हूँ। ये आ गई भैया। हाँ हाँ, दूसरी हूँ मैं अपने यहाँ से ले आंदी है। मदर चौदह सफर कर देगा थोड़े वास्ते क्या देिए। वालेकुम सलाम। हाँ जी, ओ ठीक हो? लिफ्ट च बैठे हैं, एले गल कर ले। बस मेरे को गल नहीं, ओ मूवी बना, ओ मूवी बना रहे, कहंदे मेरे को नहीं गल हुंदी। लिफ्ट मरी वाली थे, पहुंच तो गए सी असी एक बजे। थले थले थले, हाँ ठीक ही है, ठंड आड़ी ज्यादा नहीं है। नहीं नहीं, बर्फबारी को नहीं होती, मौसम ठीक है, ठंडा है, बिल्कुल ठंडिया हवा है। और अच्छा ठीक ने। अच्छा ठीक है, चल सही है, लिफ्ट बैठे हैं, फिर आ गए करने का। ठीक नींद आ रही है, घर पे रहते। ਹੁਣ ਤਾਂ ਬਹੁਤ ਹੀ ਖਾਲੀ ਆਉਣ ਲੱਗ ਗਈ ਆ। ਹਾਂ ਹਾਂ, ਟਾਈਮ ਓਵਰ ਹੁੰਦਾ ਜਾ ਰਿਹਾ ਨਾ। ਆਵਾਮ ਕਿੰਨੇ ਵਜੇ ਤੱਕ ਹੈ? ਬਸ ਇਹੀ 4-5 ਵਜੇ ਤੱਕ ਨਾ ਲਿਫਟ। ਅੱਛਾ, ਤਾਂ ਜੀ ਇਕੱਲੇ ਹੀ ਆ ਰਹੇ ਹੋ, ਸ਼ੇਰ ਬਣ ਕੇ ਜੀ ਗਿਰ ਗਏ। ਓਏ ਹੋਏ ਹੋਏ, ਅੱਲਾਹ ਤਾਲਾ ਜੰਨਤ ਦੀ ਜਗ੍ਹਾ ਦੇਵੇ ਨਾ। ਗਿਰ ਗਏ, ਇਹ ਆ ਰਹੇ ਨੇ ਇਹਦੇ ਨਾਲ ਦੇ ਦੋ ਵਿੱਚ। हम वो आगे वाले से पूछ रहे थे, भाई अकेले आ रहे हो? कहता गिर के। मैं कहा इन्ना लीला है, इन्ना लह रहा जो अल्लाह बख्शेगा, अल्लाह बख्शेगा। ये भाई भी अकेला आ रहा है, क्यों अकेला आ रहा है, क्यों उदास है? मजा आ रहा है। आप भाई भी अकेले आ रहे हो? अच्छा, सब एक ही है, गठे बैठ जाते ना यार, एक एक बैठे ही। ये भी भाई आ रहे हैं, मैं पूछ रहा हूँ, सब अकेले अकेले जा रहे हैं, खैर हो? अच्छा, आंदे हुए जल्दी नहीं आ गए? उतराई है ना, है ना? हूँ थले नहीं उतरी है, हले एक यार थले को सर गानी फेर आ गई। हाँ, वो सामने पॉइंट पे नजर आ रहे हैं। ओ पॉइंट, अच्छा तो काम ही देख, देखने नहीं लग रही कोई मजबूती है, देखो ना तो पकड़ की थी, देख ओ मारी इसलिए। हाँ हाँ, दरअसल रस्सा टाइप है ना, रस्सी भी जड़ी रस्सी है ना, चंगा उन्होंने जड़ा ना क्लिप किया हुआ है, स्लिप भी हो सकती है। हाँ कि नहीं हो सकती? हो सकती, लेकिन यह जगह जगह ग्रिप क्यों दी गई है, किसी जगह से आके रुकेगी ना, क्या ख्याल है? देख कितने चक्के चल रहे हैं, चार, दो दो हर चक्कर। भैया क्यों उदास बैठे हो? ਮਜ਼ਾ ਆਉਂਦਾ ਕਿ ਅੱਗੇ ਪਿੱਛੇ ਦੋ ਚਾਰ ਲਿਫਟਾਂ ਹੋਣ ਨਾ ਆਪਣੀਆਂ, ਹੈਂ? ਅਗਲੀ ਵਾਰੀ ਆਇਆ ਨਾ, ਅਗਲੀ ਵਾਰੀ ਇਹ ਕੰਮ ਨਹੀਂ ਕਰਨਾ, ਅਗਲੀ ਵਾਰੀ ਜਿੰਨਾ ਵਾਰੀ ਰਾਤ ਰਹਿ ਕੇ ਜਾਣਾ, ਇੱਥੇ ਹੀ ਸ਼ੁਗਲ ਮੇਲਾ, ਦੋ ਕਲੋਸ ਯਾਰ ਮੈਂ ਕਰ ਲਵਾਂਗਾ ਨਾ,
ਆਪਣੇ ਨਾਲ ਮੈਂ ਕਿਹਨੂੰ ਕਿਹਾ ਵੀ ਸੀਗਾ ਮੈਂ ਯਾਰ ਟਾਈਮ ਨਹੀਂ ਹੈਗਾ ਮੈਂ ਤਾਂ ਨਹੀਂ ਤਾਂ ਨਾਲ ਸੀ ਹੈ ਚਲ ਆ ਜਾਂਦਾ ਇੱਕ ਅੱਧਾ ਦਿਨ ਫਿਰ ਟੁਰ ਕੇ ਚਲਾ ਜਾਂਦਾ ਅਤੇ ਦੋ ਯਾਨੀ ਕਿ ਛੇ ਕੁ ਬੰਦੇ ਹੋਈਏ ਨਾ ਪੰਜ ਛੇ ਬੰਦੇ ਬੜਾ ਮਜ਼ਾ ਆਉਂਦਾ ਵੇ ਅਸੀਂ ਤਾਂ ਆਈਦਾ ਸੀ ਨਾ ਦੋਸਤਾਂ ਨਾਲ ਦੋ ਚਾਰ ਘੰਟੇ ਵਾਸਤੇ ਹੀ ਆਈਦਾ ਸੀ ਦੋ ਚਾਰ ਘੰਟੇ ਬਾਅਦ ਹੀ ਜਨਾਬ ਵੇਲੀ ਦੋ ਚਾਰ ਘੰਟਿਆਂ 'ਚ ਨਾ ਫੁੱਲ ਇੰਜੋਏ ਜਿਸ ਨੂੰ ਕਹਿੰਦੇ ਨੇ ਫਿਰ ਟੁਰੇ ਬਰਫ ਸ਼ਰਫ ਮਾਰੀ ਜਨਾਬ ਹੈ ਲੱਤ ਅਤੇ ਪੱਤ ਜਨਾਬ ਵੇਲੀ ਹੁਣ ਕਿ ਜਨਾਬ ਵੇਲੀ ਨਾ ਤੂੰ ਮੈਨੂੰ ਖਿਡਾਉਣੇ ਜੋਗਾ ਨਾ ਮੈਂ ਤੈਨੂੰ ਖਿਡਾਉਣੇ ਜੋਗਾ ਹੈਂ ਬਾਬਾ ਜੀ ਤੁਸੀਂ ਵੀ ਮਜ਼ੇ ਲੈ ਰਹੇ ਹੋ ਜੀ ਆਪੇ ਵੀ ਜਾ ਰਹੇ ਹੋ ਅੱਛਾ ਛੇ ਮਿੰਟ ਹੋ ਗਏ ਜੀ ਸਫ਼ਰ ਨੂੰ ਛੇ ਮਿੰਟ ਸਫ਼ਰ ਹੋ ਗਏ ਸਾਡਾ ਤਕਰੀਬਨ ਅੱਠ ਨੌ ਮਿੰਟ ਦਾ ਹੈ ਫਿਜ਼ਾ ਨੂੰ ਤਾਂ ਬਿਠਾਇਆ ਹੋਵੇ ਫਿਜ਼ਾ ਤਾਂ ਚੀਕਾਂ ਮਾਰੇ ਉਹ ਰਿਕਸ਼ੇ 'ਚ ਬਹਿ ਕੇ ਚੀਕਾਂ ਮਾਰਦੀ ਹੈ ਹੈਂ ਹਾਂ ਹਾਂ ਬੈਠੀ ਜਾਵੇ ਤਾਨੂੰ ਮਾਨੂੰ ਅਸਲਾਮ ਵਾਲੇਕੁਮ ਬਾਬਾ ਜੀ ਠੀਕ ਹੈ ਆਪ ਅਸਲਾਮ ਵਾਲੇਕੁਮ ਛੋਟੇ ਭਾਈ ਕੀ ਹਾਲ ਹੈ ਜੀ ਠੀਕ ਹੈ ਅੰਕਲ ਬੱਚਿਆਂ ਨਾਲ ਹੀ ਲੈ ਕੇ ਆ ਜਾਂਦੇ ਤੇ ਚਾਰ ਜਣੇ ਬੱਚਿਆਂ ਨੇ ਆਈਆਂ ਉਹ ਫਿਰ ਬੱਚਾ ਅਸਲਾਮ ਵਾਲੇਕੁਮ ਛੋਟੇ ਬਾਈ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਛੋਟੇ ਛੋਟੇ ਬੱਚੋ ਬਾਏ ਬਾਏ ਹੈ ਲਾਲ ਕੁੜਤੀ ਦੇ ਜੋੜੇ ਹਾਂ ਹਾਂ ਬਾਬਾ ਆਉਂ ਮਰਦਾ ਹਾਂ ਲਾਲ ਕੁੜਤੀ ਦੇ ਜੋੜੇ ਦਰਅਸਲ ਮੈਂ ਕੱਲ੍ਹ ਗਿਆ ਨਾ ਲਾਲ ਕੁੜਤੀ ਜਿਹੜਾ ਨਾ ਬੜਾ ਰਸ਼ ਸੀ ਅੱਛਾ ਕਾਫੀ ਅੱਛਾ ਜਿਹੜਾ ਨਾ ਅਰੇ ਇਹ ਵੀ ਲਾਲ ਕੁੜਤੀ ਉਹ ਸਮਝ ਗਈ ਕੁੜੀ ਇਹ ਵੀ ਲਾਲ ਕੁੜਤੀ ਕਾ ਕਿਤੇ ਆ ਕੇ ਪਹਿਚਾਣੇ ਜਾਂਦੇ ਨੇ ਨਾ ਕਿ ਕਿਹੜਾ ਕਿਹਦੇ ਨਾਲ ਫੇਰ ਰਿਹਾ ਵੇ ਭੈਣ ਜਦ ਬਾਬਾ ਦੇ ਕੁੜੀ ਲਈ ਫੇਰ ਰਿਹਾ ਵੇ ਬਾਬੇ ਦੇ ਮਜ਼ੇ ਕਸਾਈਆਂ ਦੀ ਸੀ ਕੁੜੀ ਮੈਨੂੰ ਸ਼ੱਕ ਪੈ ਲਿਆ ਕੁਰੇਸ਼ੀਆਂ ਦੀ ਬਸ ਹੁਣ ਜਿਹੜਾ ਨਾ ਮੂਵੀ ਆਪ ਕਰਦੇ ਨਵੇਂ ਅਗਲੇ ਸ਼ੱਕ ਸ਼ੁੱਕ ਕੋਈ ਨਹੀਂ